हेलो सचिकाल जी, की हाल चाल तुहाडे सारिआं दा। ते अज आपां चले आं जी ड्रोन लैण, मिनी 3 प्रो। बड़े दिनां तों सोच रहे सी आपां लईए, ते मैं देखिआ माड़ा मोटा हिसाब जिहा लाया, बिना लसेंस तों सानूं 250 ग्राम तों थल्ले लैणा पऊगा। जिद्दां कि तुहानूं पता ही है सिर्फ मिनी 3 प्रो, ते आपां उही लैण चले आं। ते चलो चलिए फिर। एक तां जदों बंदे नूं होवे ना काली, ओह तां लगणा ही हुंदा ट्रैफिक, जिन्ना मर्जी कर लो। ए ए अजमाई हुई गल्लां ने, प्रैक्टिकली है। हुण 20 मिंट रह गए स्टोर बंद होण नूं, देखदे आ जे हो सकिआ अज देखदे। बाकी तुसीं वी दस्सिओ जो तुहानूं काली हुंदी आ, मिलदा ट्रैफिक नहीं। चलो जी आपां पहुँच चुके हाँ, ते आजो लईए। I'm wearing Fendi, money spending, all I wanna do is flex. ਆਪਾਂ ਲੈ ਲਿਆ ਪੂਰਾ ਪੂਰਾ ਟਾਈਮ ਤੇ ਹੀ ਆਏ ਸੀ ਆਪਾਂ, ਜਿੱਦਾਂ ਕਿ 55 ਦੇ ਅੰਦਰ ਬੰਦ ਕਰ ਦਿੰਦੇ ਐਂਟਰੀ, ਆਪਾਂ ਪੂਰੇ 50 ਦੇ ਅੰਦਰ ਵੜੇ ਸਿੱਧਾ। ਅਸੀਂ ਜਾ ਕੇ ਸਿੱਧਾ ਹੀ ਉੱਥੇ ਸੈਕਸ਼ਨ 'ਚ ਭੱਜੇ, ਸਿੱਧਾ ਹੀ ਬੰਦੇ ਨੂੰ ਬੁਲਾਇਆ, ਸਿੱਧਾ ਹੀ ਬਾਹਰ ਕਢਾਇਆ। ਅਤੇ ਘਰ ਜਾ ਕੇ ਦੱਸਦੇ ਤੁਹਾਨੂੰ, ਉਡਾ ਕੇ ਦੇਖਦੇ ਹਾਂ ਪਹਿਲੀ ਵਾਰੀ ਕਿੱਦਾਂ, ਇਹ ਵੀ ਨਹੀਂ ਉਡਾਉਣਾ ਕਿਹੜਾ ਹੁੰਦਾ ਸਾਨੂੰ, ਕਹਿੰਦੇ ਪਹਿਲਾਂ ਦੇਖਣੇ ਪੈਣੇ ਮੈਨੂੰ, ਅਤੇ ਦੇਖਦੇ ਹਾਂ ਫਿਰ ਕਿੱਦਾਂ ਦਾ ਐਕਸਪੀਰੀਅੰਸ। ਚਲੋ ਜੀ ਆਪਾਂ ਤਾਂ ਹੁਣ ਲੈ ਲਿਆ ਡਰੋਨ, ਅਤੇ ਆਪਾਂ ਪਹਿਲਾਂ ਕੁਝ ਖਾ ਪੀ ਲਈਏ, ਭੁੱਖ ਲੱਗੀ ਆ ਬਹੁਤ, ਖੁਸ਼ੀ ਵੀ ਹੈ ਨਾਲੇ ਥੋੜ੍ਹੀ, ਅਤੇ ਪਹਿਲਾਂ ਕੁਝ ਖਾ ਲਈਏ, ਪੇਟ ਪੂਜਾ ਕਰ ਲਈਏ। ਆਪਾਂ ਜਾਏ ਹਾਂ 7-5 ਪੇੜਾ ਦੇ, ਅਤੇ ਖਾ ਕੇ ਫਿਰ ਆਪਾਂ ਚੱਲਦੇ ਹਾਂ ਘਰੇ ਛੇਤੀ ਛੇਤੀ। ਚਲੋ ਜੀ ਔਡਰ ਆ ਗਿਆ ਆਪਣਾ, ਲਓ ਜੀ ਖਾਈਏ ਅਤੇ ਦੱਸੀਏ ਤੁਹਾਨੂੰ। ਸਹੀ ਹੈ, ਵਧੀਆ ਵਧੀਆ, ਆਵਲਾ ਵੀ ਟਰਾਈ ਕਰ ਲੈਂਦੇ ਹਾਂ। ਆ ਜ਼ਿਆਦਾ ਸਵਾਦ ਉਹਦੇ ਨਾਲੋਂ, ਆ ਜ਼ਿਆਦਾ ਵਧੀਆ, ਉਹ ਥੋੜ੍ਹਾ ਜਿਹਾ ਠੀਕ ਹੈ, ਆਹ ਵਧੀਆ, ਆਹ ਫਲੇਵਰ ਆ ਸਪਾਈਸੀ ਜਿਹੜੇ ਹੈ ਜਿਵੇਂ ਚਿਕਨ ਟਿੱਕਾ ਲਾ ਜ਼ਿਆਦਾ ਸਵਾਦ ਬਟਰ ਚਿਕਨ। ਚਲੋ ਜੀ ਆਪਾਂ ਹੁਣ ਖਾ ਪੀ ਲਿਆ, ਅਤੇ ਹੁਣ ਆਪਾਂ ਚੱਲੀਏ ਘਰੇ, ਅਤੇ ਲਈ ਫਿਰ ਪਹਿਲੀ ਉਡਾਣ ਭਰੀਏ। ਚਲੋ ਚਲੋ ਵੀ ਆਪਾਂ ਲਿਆ ਇੱਕ, ਅਤੇ ਆਪਾਂ ਹੁਣ ਕਰੀਏ ਇਹਦੀ ਕੱਟੀ ਵੱਡੀ, ਮਤਲਬ ਕਿ ਅਨਬੋਕਸਿੰਗ। ਆ ਗਿਆ ਜੀ ਆਪਣਾ ਮਿੰਨੀ 3 ਪ੍ਰੋ, ਇਹਨੂੰ ਰੱਖਿਆ ਸਾਈਡ 'ਤੇ, ਡੱਬੇ 'ਚ ਦੇਖਦੇ ਹੋਰ ਕੀ ਕੀ ਹੈ। ਨਾਲ ਹੈਗਾ ਕੰਟਰੋਲਰ, ਬਸ ਆਹ ਵਾਇਰ ਹੈ, ਇੱਕ ਸਕਰੂ ਡਰਾਈਵਰ, ਅਤੇ 2-4 ਪੰਖ ਦੇ ਅਗਲੀ ਵਾਰੀ ਕਿੱਟ ਦੀ। ਮੈਂ ਨਾਲ ਲਈ 30 ਮਿੰਟ ਵਾਲੀ ਕਿੱਟ, ਸੋਰੀ 30 ਨਹੀਂ 34 ਮਿੰਟ ਵਾਲੀ ਕਿੱਟ, ਵੱਡੀ ਵੀ ਆਉਂਦੀ ਆ ਬਟ ਉਹਦਾ ਫਿਰ ਫਾਇਦਾ ਨਹੀਂ, ਫਿਰ ਉਹ 250 ਗ੍ਰਾਮ ਤੋਂ ਉੱਪਰ ਹੋ ਜਾਂਦਾ। ਡੱਬਿਆਂ ਦੀ ਵੈਲਿਊ ਕਿਆ ਵੀ, ਇਹਦੇ ਬੈਗ ਸਕੂਲ ਦਾ ਟਿਫਨ ਨਹੀਂ ਲੱਗਦਾ। ਬੈਗ ਦੇ ਵਿੱਚ ਤਾਂ ਬਸ ਤੋਂ ਬੈਟਰੀ ਨਹੀਂ ਹੈ, ਹੋਰ ਤਾਂ ਕੁਛ ਨਹੀਂ। ਇਹ 'ਚ ਤਾਂ ਬੈਟਰੀ ਹੈਗੀ, ਆਹ ਕਹਿੰਦੇ ਕਹਿੰਦੇ ਪਹਿਲਾਂ ਚਾਰਜ ਲਾਓ, ਬੈਟਰੀ ਇਹਨਾਂ ਜਮ੍ਹਾਂ ਖਾਲੀ ਦਿੱਤੀ ਹੈ, ਫੋਨ ਕਰਨ ਦੀ ਕਰ ਰਿਹਾ ਸੀ ਬਟ ਚਾਰਜ ਜਮ੍ਹਾਂ ਖਾਲੀ ਹੈ। ਅਤੇ ਇਹਦੇ ਵਾਸਤੇ ਮੈਂ ਮੈਮਰੀ ਕਾਰਡ ਆ ਲੈ ਕੇ ਆਇਆ ਐਕਸਟ੍ਰੀਮ ਪ੍ਰੋ, ਕਿਉਂਕਿ ਸਪੈਸ਼ਲ ਡਰੋਨਸ ਵਾਸਤੇ ਹੀ ਹੈ ਇਹ। ਬਾਕੀ ਇਹਨੂੰ ਚਾਰਜ ਲਾਉਂਦੇ ਹਾਂ, ਅਤੇ ਫਿਰ ਦੇਖਦੇ ਹਾਂ, ਫਿਰ ਉਡਾਉਂਦੇ ਹਾਂ, ਫਿਰ ਦੱਸਦੇ ਹਾਂ। ਯਾਰ ਚਾਰਜਿੰਗ ਦਾ ਪੰਗਾ ਯਾਰ, ਚਾਰਜ ਬਹੁਤ ਟਾਈਮ ਲਾ ਰਿਹਾ, ਵੇਟ ਜੀ ਨਹੀਂ ਹੋ ਰਹੀ, ਛੇਤੀ ਹੋ ਜਾ। ਉਹ ਯਾਰ ਆਪਣਾ ਆ ਤਾਂ ਹੋ ਗਿਆ ਚਾਰਜ, ਹੁਣ ਆਪਾਂ ਇਸ ਨੂੰ ਬੁਲਾਇਆ ਨਾਲ ਦੇ ਨਾਲ, ਇਸ ਨੂੰ ਕਰਦੇ ਹਾਂ ਨਾਲ ਸੈਟਅਪ, ਅਤੇ ਇੰਗਲਿਸ਼
ਆਪਾਂ ਕਰ ਲਿਆ ਹੁਣ ਐਕਟੀਵੇਟ ਕਰੀਏ ਰਿਕਾ ਹੁਣ ਨਵੀਂ ਚੀਜ਼ ਹੈ ਹੁਣ ਅਪਡੇਟ ਆ ਗਈ ਕਹਿੰਦੇ ਪਹਿਲਾਂ ਅਪਡੇਟ ਕਰੋ ਫਿਰ ਹੋਊਗਾ 1 GB ਅਪਡੇਟ ਹੈ ਹੁਣ ਅਪਡੇਟ ਕਰਕੇ ਫਿਰ ਦੇਖਦੇ ਹਾਂ ਕੀ ਹੁੰਦਾ ਉਹ ਹੋ ਜਾ ਭਾਈ ਲੋ ਵੀ ਆਪਾਂ ਉਤਾਰੀਏ ਗਿੰਬਲ ਪ੍ਰੋਟੈਕਟਰ ਉਤਾਰਤਾ ਮਾਦੇ ਅਜੇ ਤੱਕ ਸਟਿੱਕਰ ਵੀ ਨਹੀਂ ਉਤਾਰਿਆ ਇਹਦਾ ਅਜੇ ਤੱਕ ਓਕੇ ਫੋਮ ਜੀ ਲੱਗੀ ਹੋਈ ਹੈ ਪ੍ਰੋਟੈਕਟਰ ਵਾਸਤੇ ਆਪਾਂ ਕਰਦੇ ਹਾਂ ਇਹਨੂੰ ਓਨ ਹੁਣ ਜੀ ਬਾਹਰ ਜਾਂਦੀ ਹੈ ਨਾ ਆ ਬੜੀ ਘੈਂਟ ਲੱਗਦੀ ਮੈਨੂੰ ਆ ਵੀ ਤੇ ਹਜੇ ਆ ਵੀ ਨਹੀਂ ਲਈ ਚਾਹ ਚਾਹ ਚ ਮੈਮਰੀ ਕਾਰਡ ਪਾਣਾ ਭੁੱਲ ਗਿਆ 1 ਮਿੰਟ ਹੈ ਲੋ ਵੀ ਆਪਣਾ ਹੋ ਗਿਆ ਕਨੈਕਟ ਨਾਲ ਹੀ ਟੇਕ ਆਫ ਕਰਦੇ ਹਾਂ ਰਿਕਾਰਡ ਚਲੋ ਜੀ ਆਪਾਂ ਲਿਆ ਡਰੋਨ ਚਲਾ ਅਤੇ ਮਜ਼ਾ ਹੀ ਆ ਗਿਆ ਮੈਂ ਕਹਿੰਦਾ ਖੁਸ਼ ਪੂਰੇ ਅਤੇ ਪਹਿਲੀ ਵਾਰ ਚਲਾਇਆ ਮਾੜਾ ਮੋਟਾ ਆਉਂਦਾ ਨਹੀਂ ਚਲਾਉਣਾ ਚਲਾਉਣਾ ਪਤਾ ਨਹੀਂ ਕਿੱਥੇ ਕਿੱਥੇ ਜਾਈ ਜਾ ਰਹੇ ਸੀਗੇ ਬਸ ਹੌਲੀ ਹੌਲੀ ਜਦੋਂ ਜਦੋਂ ਸਿੱਖੀ ਜਾਵਾਂਗੇ ਜੂ ਜੂ ਚਲਾਈ ਜਾਵਾਂਗੇ ਸਿੱਖੀ ਜਾਵਾਂਗੇ ਅਤੇ ਅੱਜ ਦੇ ਲਈ ਸਿਰਫ ਇੰਨਾ ਹੀ ਮਿਲਦੇ ਹਾਂ ਆਪਾਂ ਅਗਲੀ ਵਾਰੀ ਪਲੀਜ਼ 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 ਸਬਸਕ੍ਰਾਈਬ ਕਰ ਲਿਓ ਅਤੇ ਚੰਗਾ ਅਗਲੀ ਵਾਰੀ।